ਗਲੋਬਲ ਪੰਜਾਬ ਟੀਵੀ ਦੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ ਦੇ ਪੋਲੀਟੀਕਲ ਸੀਨ 'ਤੇ ਜਿਹੜੀਆਂ ਰਾਸੀ ਰੱਦੋ ਬਦਲ ਹੋ ਰਹੀ ਆ, ਉਹਦੇ 'ਚ ਪੋਲੀਟੀਕਲ ਪਾਰਟੀਜ਼ ਕਿੱਦਾਂ ਸੋਚਦੀਆਂ, ਇਹਨਾਂ ਮੁੱਦਿਆਂ 'ਤੇ ਅਸੀਂ ਦੋ ਪੜਾਅ ਵੀ ਚਰਚਾ ਕਰ ਰਹੇ ਹਾਂ। ਦੂਜੇ ਪੜਾਅ ਦੀ ਚਰਚਾ 'ਚ ਉਨ੍ਹਾਂ ਹੀ ਮਹਿਮਾਨਾਂ ਦੇ ਸਾ ਹਰਜੀਤ ਸਿੰਘ ਗਰੇਵਾਲ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸਾ ਹਿੰਮਤ ਸਿੰਘ ਸ਼ੇਰਗਿੱਲ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰੋਫੈਸਰ ਏ ਐੱਸ ਪਰਾਸ਼ਰ, ਸਾਡੇ ਸੀਨੀਅਰ ਪੱਤਰਕਾਰ। ਮੈਂ ਤਿੰਨਾਂ ਹੀ ਮਹਿਮਾਨਾਂ ਨੂੰ ਜੁਆਇਨ ਕਰਨ ਦੇ ਲਈ ਮੁੜ ਜੀ ਆਇਆਂ ਆਖਦਾ। ਜਿਹੜੇ ਮੁੱਦੇ ਅਸੀਂ ਪਹਿਲੇ ਪੜਾਅ ਦੀ ਚਰਚਾ 'ਚ ਨਹੀਂ ਲੈ ਸਕੇ, ਉਹਨਾਂ ਮੁੱਦਿਆਂ ਨੂੰ ਆਪਣੇ ਮਹਿਮਾਨਾਂ ਦੇ ਨਾਲ ਦੂਜੇ ਪੜਾਅ ਦੀ ਚਰਚਾ 'ਚ ਸਾਂਝੇ ਕਰਾਂਗੇ। ਪ੍ਰਾਚੀ ਜੀ, ਜਿੱਦਾਂ ਆਪਾਂ ਪਹਿਲੇ ਪੜਾਅ ਦੀ ਚਰਚਾ 'ਚ ਮੁੱਦੇ 'ਤੇ ਲਿਆ, ਖਾਸ ਤੌਰ 'ਤੇ ਜਿੱਦਾਂ ਹਿੰਮਤ ਸਿੰਘ ਸ਼ੇਰਗਿੱਲ ਉਹਨਾਂ ਨੇ ਗੱਲ ਕਹੀ ਵੀ ਇਨਕਲਾਬ ਜਿੰਦਾਬਾਦ ਦੀ ਜਿਹੜੀ ਗੱਲ ਹੈਗੀ ਹੈ ਬਿਲਕੁਲ ਵਾਜਬ ਗੱਲ ਆ, ਔਰ ਇਹਦੇ 'ਤੇ ਜੋ ਕੈਪਟਨ ਅਮਰਿੰਦਰ ਦਾ ਕਹਿਣਾ ਹੈਗਾ ਉਹ ਕੋਈ ਬਣਦੀ ਨਹੀਂ ਗੱਲ ਜੋ ਉਹਨਾਂ ਨੇ ਕਮੈਂਟ ਕੀਤੇ ਹੈ। ਦੇਖੋ ਜੋ ਕਾਰਜ ਗੱਲ ਹੈ ਕਿ ਕੈਪਟਨ ਅਮਰਿੰਦਰ ਨੇ ਜਿਹੜੀ ਗੱਲ ਕਹੀ ਸੀ ਕਿ ਜਿਹੜਾ ਸਰਦਾਰ ਭਗਤ ਸਿੰਘ ਨੇ ਨਾਰਾ ਲਗਾਇਆ ਸੀ ਇਨਕਲਾਬ ਦਾ ਜੀ, ਉਹ ਹੈਗਾ ਸੀ ਅਗੇਂਸਟ ਫੋਰਨ ਰੂਲਰ। ਬ੍ਰਿਟਿਸ਼ ਜਿਹੜੇ ਇੱਥੇ ਆ ਕੇ ਬੈਠੇ ਸੀ, ਰਾਜ ਕਰ ਰਹੇ ਸੀ, ਉਹਨਾਂ ਨੂੰ ਉਖਾੜ ਕੇ ਸੁੱਟਣ ਵਾਲੀ ਗੱਲ ਹੈ, ਉਹਦੇ ਖਿਲਾਫ਼ ਰੈਵੋਲੂਸ਼ਨ ਜਿਹੜੀ ਹੈ ਉਹ ਬਣਦੀ ਹੈ। ਉਹਨਾਂ ਦਾ ਇਹ ਕਹਿਣਾ ਹੈ ਕਿ ਹੁਣ ਜਿਹੜਾ ਹੈ ਹਿੰਦੁਸਤਾਨ ਦੇ ਵਿੱਚ ਸੰਵਿਧਾਨ ਦੇ ਮੁਤਾਬਕ ਸਰਕਾਰ ਚੁਣੀ ਹੋਈ ਜਿਹੜੀ ਰਾਜ ਕਰ ਰਹੀ ਹੈ, ਲੋਕਾਂ ਨੇ ਉਹਨਾਂ ਨੂੰ ਨਿਰਵਾਚਿਤ ਕਰਕੇ ਭੇਜਿਆ, ਉਹਦੇ ਖਿਲਾਫ਼ ਜੇ ਆਪਾਂ ਬਗਾਵਤ ਕਰਦੇ ਹਾਂ ਜਾਂ ਸਾਜਿਸ਼ ਕਰਦੇ ਹਾਂ ਜਾਂ ਇਨਕਲਾਬ ਦੀ ਗੱਲ ਕਰਦੇ ਹਾਂ, ਇਹਦਾ ਮਤਲਬ ਹੈ ਤੁਸੀਂ ਕਾਨੂੰਨ ਦੇ ਖਿਲਾਫ਼ ਚੱਲ ਰਹੇ ਹੋ। ਔਰ ਇਹ ਜਿਹੜਾ ਇਨਕਲਾਬ ਹੈ ਇਹ ਜਿਹੜਾ ਲਾਅ ਐਂਡ ਆਰਡਰ ਨੂੰ ਖਰਾਬ ਕਰੇਗਾ, ਸਥਿਤੀ ਨੂੰ ਬਹੁਤ ਖਰਾਬ ਕਰੇਗਾ। ਅਤੇ ਇਸੇ ਤਰ੍ਹਾਂ ਦੇ ਪੋਸਟਰਾਂ ਦੀ ਗੱਲ ਉਹਨਾਂ ਨੇ ਪਿੱਛੇ ਕੀਤੀ ਸੀ ਕਿ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ, ਖਾਸ ਤੌਰ 'ਤੇ ਸਮਾਣੇ ਹਲਕੇ ਦੇ ਵਿੱਚ ਕੋਈ ਪੋਸਟਰ ਬਣ ਰਹੇ ਕਿ ਇਨਕਲਾਬ ਆਏਗਾ, ਇਹ ਕਰਾਂਗੇ ਉਹ ਕਰਾਂਗੇ। ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਪਹਿਲੇ ਵੀ ਸਥਿਤੀ ਜਿਹੜੀ 10-15-20 ਸਾਲ ਬੜੇ ਅਸੀਂ ਕਾਲੇ ਦੌਰ ਤੋਂ ਆਪਾਂ ਇੱਥੋਂ ਲੰਘੇ ਹਾਂ, ਉਹ ਬੜੀ ਤ੍ਰਾਸਦੀ, ਹਜ਼ਾਰਾਂ ਲੋਕ ਮਾਰੇ ਗਏ, ਇਨੋਸੈਂਟ ਬੰਦੇ ਹੀ ਮਾਰੇ ਗਏ। ਉਹ ਉਸ ਤਰ੍ਹਾਂ ਦਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੰਜਾਬ ਦੁਆਰਾ ਬਰਦਾਸ਼ਤ ਨਹੀਂ ਕਰ ਸਕਦਾ। ਇਸ ਕਰਕੇ ਇਨਕਲਾਬ ਦੀਆਂ ਗੱਲਾਂ ਜਿਹੜੀਆਂ ਪਾਰਟੀਆਂ ਕਰਦੀਆਂ ਉਹ ਸਹੀ ਨਹੀਂ ਹੈ। ਜੀ ਜੀ, ਉਹਨਾਂ ਦਾ ਕਹਿਣਾ ਜੀ ਜੀ। ਗਰੇਵਾਲ ਸਾਹਿਬ, ਇਸ ਮੁੱਦੇ 'ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਨਕਲਾਬ ਜਿੰਦਾਬਾਦ ਦੀ ਜਿਹੜੀ ਗੱਲ ਕਰਦੇ ਆ, ਬੀਜੇਪੀ ਪਾਰਟੀ ਦੇ ਇਹਦੇ 'ਚ ਕੀ ਕੰਟਰੀਬਿਊਸ਼ਨ ਹੈ? ਮੇਰਾ ਇਹ ਕਹਿਣਾ ਜੀ, ਇੱਕ ਤਾਂ ਸਾਨੂੰ ਡੈਮੋਕ੍ਰੇਸੀ ਜਿਹੜੀ ਹੈ ਨਾ ਇਹ ਟ੍ਰੈਡੀਸ਼ਨਸ 'ਤੇ ਬੇਸ ਕਰਦੀ ਹੈ। ਉਹਨਾਂ ਪਰੰਪਰਾਵਾਂ ਜਿਹੜੀਆਂ ਪਹਿਲਾਂ ਸਥਾਪਿਤ ਕੀਤੀਆਂ ਨੇ ਸਾਡੇ ਪੋਲੀਟੀਸ਼ੀਅਨਸ ਨੇ ਜਾਂ ਸਾਡੇ ਦੇਸ਼ ਭਗਤਾਂ ਨੇ, ਉਹਨਾਂ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ। ਆਮ ਆਦਮੀ ਪਾਰਟੀ ਦੀ ਇੱਕ ਸਮੱਸਿਆ ਹੈਗੀ ਆ ਕਿ ਇਹ ਨਵੀਂ ਪਾਰਟੀ ਹੈ ਜੇ, ਅਤੇ ਇਹਨਾਂ ਨੇ ਜਿਸ ਤਰ੍ਹਾਂ ਦਿੱਲੀ ਦੇ ਅੰਦਰ ਸਰਕਾਰ ਆਈ, ਦਿੱਲੀ ਪੁਲਿਸ ਇਹਨਾਂ ਕੋਲ ਨਹੀਂ, ਕੰਸਟੀਟਿਊਸ਼ਨ ਹੈ, ਅਤੇ ਉਸ ਨੂੰ ਉਸ ਦੇ ਮੁਤਾਬਕ ਇਹ ਜ਼ਬਰਦਸਤੀ ਕਰਦੇ ਆ ਕਿ ਦਿੱਲੀ ਪੁਲਿਸ ਸਾਡੇ ਕੋਲ ਹੋਣੀ ਚਾਹੀਦੀ ਹੈ, ਜ਼ਬਰਦਸਤੀ ਕਰਦੇ ਆ, ਕੰਸਟੀਟਿਊਸ਼ਨ ਨੂੰ ਫੋਲੋ ਨਹੀਂ ਕਰਦੇ। ਕੰਸਟੀਟਿਊਸ਼ਨ, ਪ੍ਰਧਾਨ ਮੰਤਰੀ ਜੀ ਨੇ ਵੀ ਕਿਹਾ ਕਿ ਕੰਸਟੀਟਿਊਸ਼ਨ ਸਾਡੇ ਲਈ ਹੋਲੀ ਬੁੱਕ ਆ, ਅਸੀਂ ਉਸ ਦੇ ਮੁਤਾਬਕ ਸ਼ਾਸਨ ਚਲਾਉਣਾ, ਕੋਈ ਵੀ ਰਾਜਨੀਤਿਕ ਦਲ ਅਜੇ ਉਹਨੂੰ ਚਲਾਉਣਾ ਪਏਗਾ। ਜਿਸ ਤਰ੍ਹਾਂ ਹੁਣ ਇਨਕਲਾਬ ਦੀ ਗੱਲ ਕਰ ਰਹੇ ਹਾਂ, ਇਹਨਾਂ ਨੂੰ ਪਹਿਲਾਂ ਤਾਂ ਆਪਣੀ ਆਰਥਿਕ ਨੀਤੀ ਲੈ ਕੇ ਆਉਣੀ ਪਊ, ਵਿਦੇਸ਼ ਨੀਤੀ ਲੋਕਾਂ ਨੂੰ ਦੱਸਣੀ ਪਊ, ਔਰ ਕੀ ਇਹ ਕਰਨਾ ਚਾਹੁੰਦੇ ਨੇ ਕੰਟਰੀ ਦਾ ਉਹ ਦੱਸਣਾ ਪਊ। ਖਾਲੀ ਇਨਕਲਾਬ ਅਸੀਂ ਕਹਿ ਦਈਏ ਉਹਦੇ ਨਾਲ ਕੀ ਮਤਲਬ ਆ? ਇਸ ਤਰ੍ਹਾਂ ਨਾਰੇ ਲਾਉਣ ਨਾਲ ਭਾਵਕ ਨਾਰਾ ਹੈ, ਇਹ ਦਿੱਲੀ ਤੱਕ ਤਾਂ ਕੰਮ ਚੱਲ ਗਿਆ ਜੀ, ਇਹ ਇਸ ਤੋਂ ਬਾਅਦ ਜਦੋਂ ਹੁਣ ਬਾਹਰ ਜਾਣਗੇ ਨਾ, ਉਹ ਇਸ ਤਰ੍ਹਾਂ ਕੰਮ ਨਹੀਂ ਚੱਲਣਾ ਹੈ। ਦਿੱਲੀ ਇੱਕ ਸ਼ਹਿਰ ਆ, ਅਜੇ ਤੱਕ ਤਾਂ ਆਮ ਆਦਮੀ ਪਾਰਟੀ ਇੱਕ ਸ਼ਹਿਰ ਦੀ ਪਾਰਟੀ ਆ, ਅਸੀਂ ਥੋੜ੍ਹਾ ਰਿਸਪੋਂਸੀਬਲ। ਗਰੇਵਾਲ ਜੀ, ਪੰਜਾਬ ਦੇ ਅੰਦਰ ਵੀ ਇਹਨਾਂ ਦੇ 4 ਪਾਰਲੀਮੈਂਟ ਮੈਂਬਰ ਹੈਗੇ ਆ, ਬਿਲਕੁਲ 4-4-2 ਹੀ ਰਹਿ ਗਏ ਜੀ, ਬਾਕੀ ਗਏ। ਚਲੋ, ਇਹਦਾ ਜਵਾਬ ਸ਼ੇਗਲ ਸਾਹਿਬ ਦੇ ਸਕਦੇ। ਸ਼ੇਗਲ ਸਾਹਿਬ, ਇਸ ਮੁੱਦੇ 'ਤੇ ਮੈਂ ਨਹੀਂ ਤੁਹਾਨੂੰ ਲੈ ਕੇ ਆਉਣਾ ਚਾਹੁੰਦਾ, ਮੈਂ ਗੱਲ ਕਰਦਾ ਕਿ ਜਦੋਂ ਪ੍ਰਾਸ਼ਰ ਜੀ ਨੂੰ ਕਿਹਾ, ਇਹਨਾਂ ਨੇ ਕਿਹਾ ਕਿ ਇਨਕਲਾਬ ਜਿੰਦਾਬਾਦ ਇੱਕ ਇਮੋਸ਼ਨਲ ਢੰਗ ਨਾਲ ਜਿਹੜਾ ਨਾਰਾ ਦਿੱਤਾ ਗਿਆ ਕੈਪਟਨ ਅਮਰਿੰਦਰ ਜੀ, ਇਹਨਾਂ ਦਾ ਕਹਿਣਾ ਕਿ ਇਹਦੇ ਨਾਲ ਪੰਜਾਬ 'ਚ ਸਿਚੁਏਸ਼ਨ ਜਿਹੜੀ ਹੈਗੀ ਹੈ, ਕੋਈ ਲੱਗਦਾ ਹੈ ਕਿ ਇਹਦੇ ਨਾਲ ਵਿਗੜ ਸਕਦੀ ਹੈ? ਦੇਖੋ ਸਿੱਧੂ ਸਾਹਿਬ, ਇਸ ਤਰ੍ਹਾਂ ਹੈ, ਪਹਿਲੀ ਗੱਲ ਤਾਂ ਅਸੀਂ ਭਾਰਤ ਦੀ ਕੌਨਸਟੀਟਿਊਸ਼ਨ 'ਚ ਪੂਰਾ ਯਕੀਨ ਰੱਖਦੇ, ਅਸੀਂ ਇਹ ਇਨਕਲਾਬ ਇਸ ਉਂਗਲ ਦੇ ਨਾਲ ਲੈ ਕੇ ਆਉਣਾ, ਵੋਟਾਂ ਝਾੜੂ, ਇਹਨੂੰ ਅਸੀਂ ਇਨਕਲਾਬ ਨਹੀਂ ਝਾੜੂ ਇਨਕਲਾਬ ਕਹਿੰਦੇ ਹਾਂ। ਬਾਕੀ ਕੈਪਟਨ ਅਮਰਿੰਦਰ ਸਿੰਘ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਹ ਅਸੀਂ ਗੋਰੇ ਭਜਾਉਣ ਵਾਸਤੇ ਸ਼ਹੀਦ ਭਗਤ ਸਿੰਘ ਜੀ ਨੇ ਇਹ ਨਾਰਾ ਲਾਇਆ ਸੀ, ਗੋਰੇ ਤਾਂ ਚਲੇ ਗਏ ਪਰ ਗੋਰਿਆਂ ਤੋਂ ਭੈੜੇ ਇੱਥੇ ਪਰਿਵਾਰ ਬੈਠ ਗਏ, ਇੱਥੇ ਲਹੂ ਡੁੱਲਿਆ ਸੀ ਸ਼ਹੀਦ ਭਗਤ ਸਿੰਘ ਜੀ ਦਾ, ਲਾਲਾ ਲਾਜਪਤ ਰਾਏ ਜੀ ਦਾ, ਕਰਤਾਰ ਸਿੰਘ ਸਰਾਭਾ ਜੀ ਦਾ, ਉਹ ਇਸ ਕਰਕੇ ਨਹੀਂ ਡੁੱਲਿਆ ਸੀਗਾ ਕਿ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਵਿਕਰਮ ਮਜੀਠੀਆ, ਆਦੇਸ਼ ਕੈਰੋਂ, ਹਰਸਿਮਰਤ ਬਾਦਲ, ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ, ਰਣਿੰਦਰ ਸਿੰਘ, ਇਹ ਸਾਰੇ ਲੋਕਾਂ ਦੇ ਵਾਸਤੇ ਇੱਥੇ ਲਹੂ ਨਹੀਂ ਡੁੱਲਿਆ ਸੀਗਾ, ਇਹ ਲਹੂ ਡੁੱਲਿਆ ਸੀਗਾ ਆਮ ਆਦਮੀ ਦਾ ਰਾਜ ਲਿਆਉਣ ਵਾਸਤੇ। ਉਹ ਅਸੀਂ ਪੀਸਫੁੱਲ ਤਰੀਕੇ ਦੇ ਨਾਲ, ਡੈਮੋਕਰੈਟਿਕ ਤਰੀਕੇ ਦੇ ਨਾਲ ਲੈ ਕੇ ਆਵਾਂਗੇ। ਅਤੇ ਹੁਣ ਸ਼ੇਰਗਿੱਲ ਜੀ, ਜਿਹੜੀ ਕਾਂਗਰਸ ਦੀ ਮੈਂ ਵਿੱਚੋਂ ਟੋਕੇ ਕਰ ਰਿਹਾ, ਕੈਪਟਨ ਅਮਰਿੰਦਰ ਸਿੰਘ ਵੀ ਇਹੀ ਗੱਲ ਕਹਿ ਰਿਹਾ ਕਿ ਅਸੀਂ ਆਮ ਲੋਕਾਂ ਦੀ, ਬੀਜੇਪੀ ਵੀ ਇਹੀ ਗੱਲ ਕਹਿ ਰਿਹਾ ਸੀ ਕਿ ਅਸੀਂ ਵਿਕਾਸ ਦਾ ਮੁੱਦਾ
आम लोगों के मुद्दों से लड़ाई लड़नी है, ना कि पंजाब माहौल खराब करने की गल करनी। देखो जी, उन्होंने जो वर्ड इनकलाब के आले दुआले गल की है ना, असी भी साढ़े अरविंद केजरीवाल जी IIT के इंजीनियर सके, IAS सके, कैप्टन अमरिंदर सिंह कितने ज्यादा पढ़े लिखे ने, कितने वड्डिया कुर्बानियां की। कैप्टन अमरिंदर सिंह का इतिहास आ, परिवार का इतिहास आ, किवें अब्दाली दे नाल ओ परिवारक गोरियां दे नाल अमरिंदर सिंह होरां दा पूरा इन्हां ने गोरियां दे नाल जिन्हों उधरों गोरे राज करदे सीगे उधरों इन्हां दे परिवार वाले राज करदे सी। सर इस मुद्दे ते क्योंकि कांग्रेस दा जो नुमाइंदा है नहीं, तुहाडा जवाब नहीं दे सकदा। जरूरी गल आ, इह जरूरी गल आ, इह उधरों गोरियां नाल वी रले होए सीगे, हुण इन्हां ने इह जिहड़े कांग्रेस दे परिवार आ उन्हां नाल रल के सारी राजनीति कीती आ। हुण शहीद भगत सिंह का जिहड़ा इनकलाब जिंदाबाद वाला नारा, मैं सिर्फ 25 सेकंड लेना है। ओके, दिल में तूफानों की टोली और नसों में इनकलाब, होश दुश्मन के उड़ा दे गे हमें रोको ना आज, दूर रह पाए जो हमसे दम कहां मंजिल में है, सरफरोशी की तमन्ना अब हमारे दिल में है, बिल्कुल देखना है जोर कितना बाजू एक कातिल में है। ते पंजाब दी जनता कैप्टन अमरिंदर सिंह की जो 2017 ਦਾ ਬਟਨ ਦਬਾਇਆ ਜਾਊਗਾ ਆ ਗਏ ਇਸ ਮੁੱਦੇ ਤੇ ਤੁਹਾਡੀ ਝਾੜੂ ਝਾੜੂ ਇਨਕਲਾਬ ਕੀ ਹੁੰਦਾ ਹੈ, ਇਨਕਲਾਬ ਜਿਹੜਾ ਹੈਗਾ ਉਹ ਪੰਜਾਬ ਦੇ ਲੋਕਾਂ ਨੇ ਕਰਨਾ, ਉਹ ਦੇਖਣਾ ਕਿ ਕਿਸ ਪਾਸੇ ਦਾ ਇਨਕਲਾਬ ਲੈ ਕੇ ਆਉਂਦੇ ਆ। ਪ੍ਰਸ਼ਨ ਜੀ, ਜਿੱਦਾਂ ਇਹਨਾਂ ਨੇ ਕੇਜਰੀਵਾਲ ਦੀ ਗੱਲ ਕੀਤੀ ਹੈ ਔਰ ਮੀਡੀਆ ਦੇ ਵਿੱਚ ਵੀ ਆਇਆ ਕਿ 20 ਫਰਵਰੀ ਨੂੰ ਕੇਜਰੀਵਾਲ ਜਿਹੜਾ ਹੈਗਾ ਇੱਕ ਹਫ਼ਤੇ ਲਈ ਪੰਜਾਬ ਦੇ ਦੌਰੇ ਤੇ ਆ ਰਹੇ ਆ, ਸਪਸ਼ਟ ਹੈ ਕਿ ਜਿਹੜੀਆਂ ਇਲੈਕਸ਼ਨ ਦੇ ਮੱਦੇਨਜ਼ਰ ਹੀ ਉਹਨਾਂ ਦਾ ਦੌਰਾ ਹੋਏਗਾ, ਉਹਨਾਂ ਨੇ ਇਸ਼ੂ ਵੀ ਇਹਦੇ ਨਾਲ ਲੈ ਕੇ ਰੱਖੇ ਵੀ ਮੈਂ ਇਹਨਾਂ ਇਸ਼ੂ 'ਤੇ ਗੱਲ ਕਰਾਂਗਾ। ਕੀ ਲੱਗਦਾ ਕਿ ਜਿਹੜਾ ਉਹਨਾਂ ਦਾ ਕੇਜਰੀਵਾਲ ਦਾ ਦੌਰਾ ਜਿਹੜਾ 20 ਫਰਵਰੀ ਦੀ ਚਰਚਾ ਕਰ ਰਿਹਾ ਉਹਦਾ ਕੋਈ ਇੰਪੈਕਟ ਪੰਜਾਬ 'ਤੇ ਹੋ ਸਕਦਾ ਹੈ? ਜਗਤਾਰ ਜੀ, ਮੈਂ ਸਮਝਦਾ ਹਾਂ ਕਿ ਕੇਜਰੀਵਾਲ ਦਾ ਜਿਹੜਾ 20 ਫਰਵਰੀ ਤੋਂ ਦੌਰਾ ਸ਼ੁਰੂ ਹੋ ਰਿਹਾ ਔਰ ਉਹਨਾਂ ਨੇ ਕਿਹਾ ਕਿ ਇੱਕ ਹਫ਼ਤੇ ਤੱਕ ਮੈਂ ਪੰਜਾਬ 'ਚ ਹੀ ਰਹੂੰਗਾ, ਉਹਦਾ ਪੰਜਾਬ ਦੀ ਰਾਜਨੀਤੀ 'ਤੇ ਬੜਾ ਗਹਿਰਾ ਅਸਰ ਪਏਗਾ। ਓਕੇ, ਔਰ ਦੋਨੋਂ ਜਿਹੜੀਆਂ ਐਸਟੈਬਲਿਸ਼ਡ ਪਾਰਟੀਜ਼ ਹੈ, ਚਾਹੇ ਅਕਾਲੀ ਭਾਜਪਾ ਗਠਬੰਧਨ ਹੈ ਜੀ ਅਤੇ ਕਾਂਗਰਸ ਪਾਰਟੀ ਹੈ, ਉਹਨਾਂ ਨੂੰ ਤਾਂ ਸਿਰਫ ਮਾਘੀ ਮੇਲੇ ਤੋਂ ਬਾਅਦ ਹੀ ਜਿਹੜੀ ਹੈ ਭਜਦੜ ਪੈ ਗਈ। ਔਰ ਜਿਸਲੇ ਆ ਕੇ ਕੇਜਰੀਵਾਲ ਉਹਨਾਂ ਨੇ ਇੱਥੇ ਆਪਣਾ ਜਿਹਨੂੰ ਆਪਣਾ ਧਰਨਾ ਦਿੱਤਾ ਜਾਂ ਇੱਥੇ ਆਪਣਾ ਉਹ ਜਮਾਇਆ ਜਲਵਾ ਦਿਖਾਉਣ ਦਿਖਾਇਆ ਪੂਰਾ, ਤਾਂ ਲੋਕ ਮਗਰ ਜ਼ਰੂਰ ਲੱਗਣਗੇ, ਡੈਫੀਨੇਟਲੀ ਲੱਗਣਗੇ, ਔਰ ਅਕਾਲੀ BJP ਅਤੇ ਕਾਂਗਰਸ ਦੋਨਾਂ ਨੂੰ ਹੱਥਾਂ ਪੈਰਾਂ ਦੀ ਪਏਗੀ ਜੀ। ਔਰ ਇਹਦਾ ਮੁਕਾਬਲਾ ਕਰਨ ਲਈ ਉਹਨਾਂ ਨੂੰ ਕੋਈ ਨਾ ਕੋਈ ਸਟ੍ਰੈਟਜੀ ਬਣਾਉਣੀ ਪਏਗੀ, ਕਿਉਂਕਿ ਕਾਂਗਰਸ ਪਾਰਟੀ ਦਾ ਪਹਿਲੇ ਜਿਹੜੇ ਉਹ ਪ੍ਰਸ਼ਾਂਤ ਕਿਸ਼ੋਰ ਹੈ ਉਹਦੇ ਨਾਲ ਟਾਈ ਅਪ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਕੋਈ ਕਰਾਉਣਾ ਚਾਹੁੰਦੇ ਹੈ, ਕਿਉਂਕਿ ਉਹ ਕਹਿੰਦੇ ਪਹਿਲੇ ਮੋਦੀ ਨੂੰ ਜਿਤਾਇਆ ਫਿਰ ਨਿਤੀਸ਼ ਨੂੰ ਜਮਾਇਆ ਅਤੇ ਸਾਡਾ ਵੀ ਸ਼ਾਇਦ ਬਣ ਜਾਏ। ਇਹ ਸਿਮੀਲਰਲੀ ਅਕਾਲੀ BJP ਨੂੰ ਇਹਦਾ ਤੋੜ ਲੱਭਣਾ ਪਏਗਾ, ਅਕਾਲੀਆਂ ਨੂੰ ਖਾਸ ਤੌਰ 'ਤੇ, ਕਿਉਂਕਿ ਕੇਜਰੀਵਾਲ ਦਾ ਮੁਕਾਬਲਾ ਜਿਹੜਾ ਹੈ ਕਰਨਾ ਉਹ ਕਿ ਤੁਹਾਨੂੰ ਲੱਗਦਾ ਬਹੁਤ ਵੱਡਾ ਚੈਲੇਂਜ ਜਿਹੜਾ ਹੈ ਲੈ ਕੇ ਆਪਾਂ ਗ੍ਰਹਿਵਾਲ ਜੀ ਤੋਂ ਪੁੱਛਦੇ ਹਾਂ ਜੀ। ਗ੍ਰਹਿਵਾਲ ਜੀ, ਜਿੱਦਾਂ ਪ੍ਰਾਸ਼ੀ ਜੀ ਨੇ ਗੱਲ ਕੀਤੀ ਹੈ ਕਿ 20 ਫਰਵਰੀ ਤੋਂ ਇੱਕ ਹਫ਼ਤੇ ਦੇ ਲਈ ਕੇਜਰੀਵਾਲ ਪੰਜਾਬ ਦੇ ਦੌਰੇ 'ਤੇ ਆ ਰਹੇ ਹੈ, ਇਹਨਾਂ ਦਾ ਕਹਿਣਾ ਕਿ ਬਹੁਤ ਵੱਡੀ ਇੱਕ ਚੁਣੌਤੀ ਹਾਕਮ ਧਿਰ ਦੇ ਲਈ ਹੋਏਗੀ, ਤੁਸੀਂ ਮੰਨਦੇ ਹੋ? ਪ੍ਰਾਸ਼ਰ ਜੀ ਬਹੁਤ ਬੜੇ ਜਰਨਲਿਸਟ ਨੇ, ਸਮਝਦਾਰ ਨੇ। ਮੈਂ ਇੱਕ ਚੀਜ਼ ਕਹੂੰਗਾ ਕਿ ਜਿਸ ਤਰ੍ਹਾਂ ਬਾਦਲ ਸਾਹਿਬ 'ਤੇ ਵਿਜੀਲੈਂਸ ਦੇ ਆਰੋਪ ਲੱਗੇ ਸੀ, ਇਹ ਜਿਹੜੀਆਂ ਰੀਜਨਲ ਪਾਰਟੀਆਂ ਨੇ ਜਿਸ ਤਰ੍ਹਾਂ ਲਾਲੂ ਹੈ, ਨਿਤੀਸ਼ ਹੈ, ਜਾਂ NLO ਹੈ, ਜਾਂ ਅਕਾਲੀ ਦਲ ਹੈ, ਇਹਨਾਂ 'ਤੇ ਤੁਸੀਂ ਉਦੋਂ ਵਿਜੀਲੈਂਸ ਨੇ ਤਾਂ ਕੋਰਟ ਨੇ ਤਾਂ ਬਾਅਦ 'ਚ ਛੱਡੇ, ਲੋਕਾਂ ਨੇ ਪਹਿਲਾਂ ਹੀ ਬਰੀ ਕਰਤੇ, ਸਰਕਾਰ ਲਿਆਤੀ, ਵੋਟਾਂ ਪਾ ਕੇ ਹੀ ਸਰਕਾਰ ਆਈ ਉਹ ਵੀ ਬਿਲਕੁਲ। ਅਤੇ ਅਕਾਲੀ ਦਲ ਦਾ ਵੋਟ ਬੇਸ ਜੇ 100 ਵੋਟਾਂ ਨੇ ਤਾਂ ਉਹਦੇ 'ਚ ਸਿਰਫ 20 ਖਿਸਕਦੇ ਆ, 80 ਇਹਨਾਂ ਦੇ ਨਾਲ ਹੀ ਰਹਿੰਦੇ ਆ। ਜ਼ਰੂਰਤ ਇੱਥੇ BJP ਨੂੰ ਮਜ਼ਬੂਤ ਕਰਨ ਦੀ ਆ, ਅਕਾਲੀ ਭਾਜਪਾ ਗਠਬੰਧਨ ਆ, ਜਦੋਂ ਅਕਾਲੀ ਪਲੱਸ ਮਜ਼ਬੂਤ ਭਾਜਪਾ ਹੁੰਦੀ ਹੈ ਸਰਕਾਰ ਅਕਾਲੀ ਭਾਜਪਾ ਗਠਬੰਧਨ ਦੀ ਆਉਂਦੀ ਹੈ, ਜਦੋਂ ਅਕਾਲੀ ਪਲੱਸ ਕਮਜ਼ੋਰ ਭਾਜਪਾ ਹੁੰਦੀ ਹੈ ਤਾਂ ਸਰਕਾਰ ਕਿਸੇ ਹੋਰ ਦੀ ਆ ਜਾਂਦੀ ਹੈ। ਜਿਹੜਾ ਮੈਂ ਦੱਸਣਾ ਨਾ, ਅੱਜ ਜਿਹੜਾ ਝਗੜਾ ਹੈਗਾ ਇਹ ਕਾਂਗਰਸ ਆਪਣੇ ਆਪ ਨੂੰ ਕਿੰਨਾ ਬਚਾ ਪਾਉਂਦੀ ਹੈ, ਕਿਉਂਕਿ ਦਿੱਲੀ 'ਚ ਵੀ ਕਾਂਗਰਸ ਨਹੀਂ ਬਚਾ ਪਾਈ, ਇਸ ਕਰਕੇ ਆਮ ਆਦਮੀ ਪਾਰਟੀ ਆ ਗਈ। ਗ੍ਰਹਿਵਾਲ ਜੀ ਕਿਤੇ ਇੱਦਾਂ ਨਹੀਂ ਲੱਗਦਾ ਵੀ ਇੱਥੇ ਆਪਾਂ ਚਾਹੋਗੇ ਕਿ ਕਾਂਗਰਸ ਤਗੜੀ ਰਹੇ ਤਾਂ ਕਿ ਆਮ ਆਦਮੀ ਪਾਰਟੀ ਚਾਹੁੰਦੇ ਅਸੀਂ ਆਪਣੇ ਆਪ ਨੂੰ ਤਗੜਾ ਕਰਕੇ ਮੈਦਾਨ 'ਚ ਜਾਵਾਂਗੇ ਜੀ, ਅਸੀਂ ਦੁਬਾਰਾ ਤੀਸਰੀ ਵਾਰ ਆਪਣੀ ਸਰਕਾਰ ਲੈ ਕੇ ਆਵਾਂਗੇ ਜੀ ਜੀ, ਤੁਸੀਂ ਦੇਖਣਾ ਕਿਣੇ 'ਚ ਪੰਜਾਬ ਦਾ। ਸ਼ੇਰਗਿੱਲ ਸਾਹਿਬ, ਬਰੀਫ ਦੇ ਵਿੱਚ ਜਿਹੜਾ ਆਪਾਂ ਗੱਲ ਕਰਦੇ ਹਾਂ ਦਿੱਲੀ ਦੇ ਜਿਹੜੇ ਚੀਫ ਮਿਨਿਸਟਰ ਦੇ ਦੌਰੇ ਦੀ, ਉਹਦਾ ਕੀ ਇੰਪੈਕਟ ਹੋਏਗਾ ਤੁਹਾਡੀ ਆਪਣੀ ਪਾਰਟੀ ਹੈ? ਦੇਖੋ ਜੀ, ਇਸ ਤਰ੍ਹਾਂ ਹੈ ਕਿ ਆਪਾਂ ਦੇਖਿਆ ਹੀ ਆ ਕਿ ਮਾਘੀ ਵਾਲੇ ਦਿਨ ਮੁਕਤਸਰ ਸਾਹਿਬ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਆਏ ਅਤੇ ਉਹ ਅੱਜ ਤੱਕ ਦੀ ਪੰਜਾਬ ਦੀ ਸਭ ਤੋਂ ਵੱਡਾ ਕੱਟ ਸੀ। ਇਹ ਮੈਂ ਨਹੀਂ ਕਹਿ ਰਿਹਾ, ਇਹ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਜਗਮੀਤ ਸਿੰਘ ਬਰਾੜ, ਜਿਹੜੇ CWC ਦੇ ਮੈਂਬਰ ਵੀ ਰਹਿ ਚੁੱਕੇ, ਉਹਨਾਂ ਨੇ ਮੰਨੀ ਇਹ ਗੱਲ, 2 ਵਾਰੀ MP ਵੀ ਰਹਿ ਚੁੱਕੇ ਅਤੇ ਉਸੇ ਏਰੀਆ ਦੇ ਨੇ। ਜਗਮੀਤ ਸਿੰਘ ਬਰਾੜ ਮੁਕਤਸਰ ਤੋਂ ਹੀ ਬਿਲੋਂਗ ਕਰਦੇ ਆ, ਉਹਨਾਂ ਨੇ ਉਦੋਂ ਦੇ ਹੀ ਕਹਿ ਰਹੇ ਆ ਕਿ ਐਡਾ ਵੱਡਾ ਇਕੱਠ, ਉਹਨਾਂ ਦੇ ਪਿਤਾ ਜੀ ਵੀ ਮੰਤਰੀ ਰਹੇ ਆ ਗੁਰਮੀਤ ਸਿੰਘ ਬਰਾੜ, ਸੋ ਇੰਨਾ ਲੰਬਾ ਉਹਨਾਂ ਦਾ ਇੱਕ ਪੋਲੀਟੀਕਲ ਕੈਰੀਅਰ, ਕਾਂਗਰਸ ਦੇ ਸੀਨੀਅਰ ਲੀਡਰ, ਉਹ ਕਹਿ ਰਿਹਾ ਕਿ ਐਡਾ ਵੱਡਾ ਇਕੱਠ ਨਹੀਂ ਮੈਂ ਅੱਜ ਤੱਕ ਦੇਖਿਆ। ਸੋ ਗੱਲ ਇਹ ਆ ਕਿ ਕਿਉਂ, ਪਤਾ ਗੱਲ ਕੀ ਆ, ਅਰਵਿੰਦ ਕੇਜਰੀਵਾਲ ਜੀ
ਉਹ ਇੱਕ ਸੱਚੀ ਸੁੱਚੀ ਸੋਚ ਦੇ ਪ੍ਰਤੀਕ ਨੇ, ਇੱਕ ਕਲੀਨ ਪੋਲੀਟਿਕਸ, ਇੱਕ ਨਵੀਂ ਕਿਸਮ ਦੀ ਪੋਲੀਟਿਕਸ। ਦੇਖੋ ਕੀ ਹੋਇਆ ਦਿੱਲੀ ਦੇ ਇਲੈਕਸ਼ਨਾਂ 'ਚ। ਗਰੇਵਾਲ ਸਾਹਿਬ ਨੇ ਇਸ਼ੂਜ਼ ਦੀ ਗੱਲ ਕੀਤੀ 15 ਮਾਰਚ ਤੋਂ ਲੈ ਕੇ 15 ਅਗਸਤ ਤੱਕ। ਕੱਲ੍ਹ ਆਸ਼ੀਸ਼ ਖੇਤਾਨ ਜੀ ਆਏ ਸੀਗੇ ਜਿਨ੍ਹਾਂ ਨੇ ਦਿੱਲੀ ਡਾਇਲੋਗ ਨੂੰ ਹੈੱਡ ਕੀਤਾ ਸੀ ਅਤੇ ਮੈਨੀਫੈਸਟੋ ਬਣਿਆ ਸੀ। ਸਾਡਾ ਮੈਨੀਫੈਸਟੋ ਇਸ ਤਰ੍ਹਾਂ ਨਹੀਂ ਕਿ ਬੰਦ ਕਮਰਿਆਂ 'ਚ ਬੈਠ ਕੇ 10-12 ਬੰਦਿਆਂ ਨੇ ਬਣਾ ਲੈਣਾ ਹੈ। ਓਕੇ ਸ਼ੇਰਗਿੱਲ ਜੀ, ਆਫ ਪੀਪਲ ਆਰ ਗੋਇੰਗ ਟੂ ਬੀ ਕੰਸਰਨਡ। ਓਕੇ ਸ਼ੇਰਗਿੱਲ ਜੀ, ਮੈਂ ਡਾਇਲੋਗ ਦੇ ਮੁੱਦੇ 'ਤੇ ਆਉਣਾ, ਮੇਰੀ ਮਜ਼ਬੂਰੀ ਹੈ ਇੱਕ ਬ੍ਰੇਕ ਦੀ। ਹੁਣ ਵਕਤ ਹੈ ਕਿ ਛੋਟੇ ਜਿਹੇ ਬ੍ਰੇਕ ਦਾ, ਇਹਨਾਂ ਮੁੱਦਿਆਂ 'ਤੇ ਅਸੀਂ ਮੁੜ ਵਾਪਸ ਆਉਂਦੇ ਹਾਂ। ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਗਰੇਵਾਲ ਜੀ, ਬ੍ਰੇਕ ਤੋਂ ਪਹਿਲਾਂ ਖਾਸ ਤੌਰ 'ਤੇ ਸ਼ੇਰਗਿੱਲ ਸਾਹਿਬ ਦਾ ਇਹ ਕਲੇਮ ਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਅਸੀਂ ਬਹੁਤ ਵੱਡੀ ਮੈਜੋਰਟੀ ਲੈ ਕੇ ਆਏ, ਇਹ ਕਹਿੰਦੇ ਪੰਜਾਬ 'ਚ ਵੀ ਇਸੇ ਤਰੀਕੇ ਨਾਲ ਹੁੰਮ ਹੁਮਾ ਕੇ ਵਾਪਸ ਆ ਰਹੇ ਹਾਂ। ਇਸ ਤਰ੍ਹਾਂ ਸ਼ੇਰਗਿੱਲ ਸਾਹਿਬ ਦਾ ਪੈਮਾਨਾ ਹੈਗਾ, ਇਹਨਾਂ ਦੀ ਰੈਲੀ ਬਹੁਤ ਬੜੀ ਹੋਈ ਉਸ ਦਾ। ਬਿਹਾਰ ਦੇ ਅੰਦਰ ਸਾਡੀਆਂ ਰੈਲੀਆਂ ਜਿਹੜੀਆਂ ਸੀ ਲਾਲੂ ਔਰ ਨਿਤੀਸ਼ ਤੋਂ ਬਹੁਤ ਬੜੀਆਂ ਹੋਈਆਂ ਸੀ, ਉਹ ਜਗ੍ਹਾ ਜਗ੍ਹਾ ਹੋਈਆਂ, ਪ੍ਰਧਾਨ ਮੰਤਰੀ ਦੀਆਂ ਵੋਟਾਂ 'ਚ ਕਨਵਰਟ ਨਹੀਂ ਹੋਈਆਂ। ਓਕੇ, ਔਰ ਮੈਂ ਇਹ ਕਹਿਣਾ ਕਿ ਇਹ ਰੈਲੀ ਦੀ ਗੱਲ ਨਹੀਂ, ਉਹਦੇ ਨਾਲ ਕੁਛ ਨਹੀਂ ਹੋਣਾ। ਇਹ ਆਪਣੀ ਕੰਪੇਨ ਚਲਾ ਰਹੇ ਆ, ਅਸੀਂ ਆਪਣੀ ਚਲਾ ਰਹੇ ਹਾਂ, ਸਾਨੂੰ ਵੀ ਵਿਸ਼ਵਾਸ ਹੈ ਇਸ ਵਾਰ ਪੰਜਾਬ ਦੇ ਅੰਦਰ ਦਿਖਾਈ ਕੁਛ ਹੋਰ ਦੇ ਰਿਹਾ, ਰਿਜ਼ਲਟ ਕੁਛ ਹੋਰ ਹੋ ਜਾਣੇ ਆ। ਔਰ ਇਹ ਅਜੇ ਤਾਂ ਬਹੁਤ ਸਮਾਂ ਪਿਆ, ਕਿ 1 ਸਾਲ ਦਾ ਸਮਾਂ ਬਹੁਤ ਲੰਬਾ ਸਮਾਂ, ਔਰ ਇਹਦੇ ਅੰਦਰ ਅਸੀਂ ਬਹੁਤ ਸਾਰੇ ਕੰਮ ਕਰਨ ਵਾਲੇ ਹਾਂ। ਜਿਸ ਤਰ੍ਹਾਂ ਦਾ ਅਸੀਂ ਵਿਕਾਸ ਡਿਵੈਲਪਮੈਂਟ ਕਰ ਰਹੇ ਹਾਂ ਉਹਦਾ ਵੀ ਪ੍ਰਭਾਵ ਪੈਣਾ, ਔਰ ਮੈਨ ਟੂ ਮੈਨ ਹਾਰਟ ਟੂ ਹਾਰਟ ਟੱਚ ਅਸੀਂ ਵੀ ਕਰਦੇ ਹਾਂ। ਇਹ ਸਾਡੀ ਪੱਤੀ ਆ ਜਿਹੜੀ ਇਹਨਾਂ ਨੇ ਚਲਾਈ ਹੋਈ ਹੈ, ਅਤੇ ਮੈਂ ਸਮਝਦਾ ਕਿ ਅਸੀਂ ਬਰਾਬਰ ਬਿਲਕੁਲ ਭੁਗਤਾਂਗੇ। ਔਰ ਕਾਂਗਰਸ 'ਤੇ ਡਿਪੈਂਡ ਕਰੇਗਾ ਕਿ ਉਹਦੀ ਪੋਜੀਸ਼ਨ ਕੀ ਰਹਿੰਦੀ ਹੈ, ਇੱਥੋਂ ਦੇ ਰਿਜ਼ਲਟ ਜਿਹੜੇ ਆ ਉਸ 'ਤੇ ਡਿਪੈਂਡ ਕਰਨਗੇ। ਮੈਨੂੰ ਲੱਗਦਾ ਗਰੇਵਾਲ ਜੀ, ਜਦੋਂ 2 ਵਾਰੀ ਕਾਂਗਰਸ ਦੀ ਆਪਾਂ ਗੱਲ ਕਰਦੇ ਹਾਂ, ਲੱਗਦਾ ਕਿ ਹਾਕਮ ਧਿਰ ਚਾਹੁੰਦੀ ਹੈ ਕਿ ਕਾਂਗਰਸ ਥੋੜ੍ਹੀ ਜਿਹੀ ਮਜ਼ਬੂਤ ਰਹੇ। ਬਿਲਕੁਲ, ਦੇਖੋ ਪਾਰਟੀਆਂ ਸਾਰੀ ਡੈਮੋਕ੍ਰੇਸੀ 'ਚ ਪਤਾ ਕੀ ਹੈ, ਜਿੰਨਾ ਸੱਤਾ ਧਿਰ ਜ਼ਰੂਰੀ ਹੁੰਦੀ ਆ ਉਸ ਤੋਂ ਜ਼ਿਆਦਾ ਜ਼ਰੂਰੀ ਵਿਰੋਧੀ ਧਿਰ ਵੀ ਆ, ਉਹਦੀ ਵੀ ਐਗਜ਼ਿਸਟੈਂਸ। ਪਰ ਆਮ ਆਦਮੀ ਪਾਰਟੀ ਵੀ ਤਾਂ ਹੈ ਨਾ ਵਿਰੋਧੀ ਧਿਰ 'ਚ? ਅਸੀਂ ਕਦੋਂ ਕਹਿੰਦੇ ਨਹੀਂ ਹੈ, ਜ਼ਰੂਰ ਹੋਣੇ ਗੱਲ ਕਰਨਾ ਚਾਹੁੰਦੇ ਜੀ ਕਿ ਸ਼ੇਰਗਿੱਲ ਹੋਰਾਂ ਨੇ ਹੁਣੀ ਗੱਲ ਕਹੀ ਕਿ ਜੋ ਦਿੱਲੀ ਦਾ ਵਿੱਚ ਹੋਇਆ ਉਸੇ ਅਸੀਂ ਪੰਜਾਬ 'ਚ ਰਿਪੀਟ ਕਰਾਂਗੇ। ਬਿਲਕੁਲ, ਤਾਂ ਮੇਰੀ ਇਹ 'ਚ ਸਬਮਿਸ਼ਨ ਇਹ ਹੈ ਕਿ ਦਿੱਲੀ ਅਤੇ ਪੰਜਾਬ ਦੀ ਸਿਚੁਏਸ਼ਨ ਬੜੀ ਡਿਫਰੈਂਟ ਹੈ। ਉਹ ਇਸ ਤਰ੍ਹਾਂ ਹੈ ਕਿ ਦਿੱਲੀ ਦੇ ਵਿੱਚ ਜਿਹੜੀ ਤਿਕੋਣਾ ਲੜਾਈ ਹੋ ਰਹੀ ਸੀ, ਉਹਦੇ ਵਿੱਚ ਇੱਕ ਸਿਚੁਏਸ਼ਨ ਇਹੋ ਜਿਹੀ ਆਈ ਕਿ ਕਾਂਗਰਸ ਪਾਰਟੀ ਨੇ ਦੇਖਿਆ ਕਿ ਸਾਡੇ ਪੱਲੇ ਕੁਛ ਹੈ ਨਹੀਂ, ਔਰ ਆਮ ਆਦਮੀ ਪਾਰਟੀ ਨੂੰ ਜਿਹੜਾ ਹੈ ਭਾਜਪਾ ਨੇ ਰੋਕਣ ਲਈ ਉਹਨਾਂ ਨੇ ਆਪਣੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਟ੍ਰਾਂਸਫਰ ਕਰਤੀਆਂ। ਓਕੇ ਓਕੇ, ਪੰਜਾਬ ਦੇ ਵਿੱਚ ਐਡੀ ਵੱਡੀ ਸਟੇਟ ਹੈ, 117 ਹੈਗੀਆਂ, ਉਹ ਹਲੇ ਇਹਨਾਂ ਦੀ ਜੜ੍ਹਾਂ ਪੰਜਾਬ ਦੇ ਵਿੱਚ ਹਲੇ ਜੰਮੀਆਂ ਜਾ ਰਹੀਆਂ, ਉਹ ਆਪਣੀਆਂ ਵੋਟਾਂ ਨਹੀਂ ਟ੍ਰਾਂਸਫਰ ਹੋਣਗੀਆਂ, ਇਹਨਾਂ ਨੂੰ ਆਪਣੇ ਆਪਣੇ ਬਲਬੂਤੇ 'ਤੇ ਜੋ ਕੁਝ ਕਰਨਾ ਪਏਗਾ। ਜੀ ਜੀ, ਸੋ ਇਸ ਕਰਕੇ ਇਹ ਕਹਿਣਾ ਆਸਾਨ ਹੈ, ਕਰਨਾ ਬਹੁਤ ਮੁਸ਼ਕਿਲ ਹੈ। ਦਿੱਲੀ ਦੀ ਪਰਫੋਰਮੈਂਸ ਪੰਜਾਬ 'ਚ ਰਿਪੀਟ ਕਰਨੀ ਇੰਨੀ ਆਸਾਨ ਨਹੀਂ ਹੋਣੀ। ਇਹ ਗੱਲ ਠੀਕ ਹੈ ਕਿ ਆਮ ਆਦਮੀ ਪਾਰਟੀ ਲਈ ਕਰੇਜ਼ ਵੀ ਹੈ, ਯੂਥ ਪਾਰਟੀ ਅਟਰੈਕਟਿਵ ਵੀ ਹੈਗੀ ਹੈ, ਲੇਕਿਨ ਜੋ ਇਹਨਾਂ ਦੇ ਦਿੱਲੀ ਦੇ ਵਿੱਚ ਪਰਫੋਰਮੈਂਸ ਹੈ ਉਹ ਲੋਕ ਦੇਖਦੇ ਹੈ ਕਿ ਪਾਰਟੀ ਜਿਹੜੀ ਹੈ ਉਹ ਕਨਫਰੰਟੇਸ਼ਨ ਜ਼ਿਆਦਾ ਬਿਲੀਵ ਕਰਦੀ ਹੈ, ਗਵਰਨੈਂਸ 'ਚ ਘੱਟ ਹੈ। ਕਦੀ ਉਹ ਨਵਾਬ ਦੇ ਨਾਲ ਜਿਹੜਾ ਉੱਥੇ ਦਾ ਰਾਜਪਾਲ ਹੈਗਾ ਉਹਦੇ ਨਾਲ ਪੰਗਾ, ਕਦੀ ਯੂਨੀਅਨ ਹੋਮ ਮਿਨਿਸਟਰ ਨਾਲ, ਕਦੀ ਪੁਲਿਸ ਨਾਲ, ਕਦੀ ਕਿਤੇ ਨਾਲ। ਤਾਂ ਇਹ ਜਿਹੜੇ ਗੁਰ ਹੈ, ਪੰਜਾਬ ਵਰਗੀ ਜਿਹੜੀ ਸੈਂਸਿਟਿਵ ਸਟੇਟ ਹੈ, ਬਾਰਡਰ ਰਾਜ ਹੈ, ਉੱਥੇ ਲਾਗੂ ਨਹੀਂ ਹੁੰਦੇ, ਉੱਥੇ ਜਿਹੜੀ ਹੈ ਉੱਥੇ ਦੇ ਲੋਕ ਹੈ ਸੋਚਣਗੇ ਜ਼ਰੂਰ। ਜੀ ਜੀ, ਕਿਉਂਕਿ ਜੇ ਆਪਾਂ ਇਹੋ ਜਿਹੇ ਲੈ ਬੰਦੇ ਜਿਹੜੇ 24 ਘੰਟੇ ਲੜਦੇ ਹੀ ਰਹਿੰਦੇ ਆ ਤਾਂ ਪੰਜਾਬ ਕਿਵੇਂ ਚੱਲੇਗਾ? ਓਕੇ, ਅੰਨਾ ਹਜ਼ਾਰੇ ਦੀ ਬਹੁਤ ਜ਼ਿਆਦਾ ਰਿਸਪੈਕਟ ਸੀ, ਉਹਦੀ ਮੂਵਮੈਂਟ ਜਿਹੜੀ ਸੀ ਉੱਥੇ ਬਹੁਤ ਪ੍ਰਭਾਵੀ ਸੀ ਦਿੱਲੀ ਦੇ ਅੰਦਰ, ਇਹਦਾ ਵੀ ਬਹੁਤ ਬੜਾ ਪ੍ਰਭਾਵ। ਓਕੇ ਸ਼ੇਰਗਿੱਲ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਸਰ, ਪ੍ਰਾਸ਼ਦ ਸਾਹਿਬ ਨੇ ਇਹ ਕਿਹਾ ਕਿ ਇਹ ਬੰਦੇ ਲੜਦੇ ਰਹਿੰਦੇ ਆ। ਦੇਖੋ ਇਸ ਤਰ੍ਹਾਂ, ਇਹਨਾਂ ਨੇ ਇਹ ਵੀ ਕਿਹਾ ਕਿ ਗਵਰਨਰ ਦੇ ਨਾਲ ਲੜਦੇ ਰਹਿੰਦੇ ਆ। ਦੇਖੋ ਮੈਂ ਬਹੁਤ ਮੁੱਦਿਆਂ ਦੀ ਗੱਲ ਵੀ ਕੀਤੀ ਹੈ, ਹਾਂ ਮੈਂ ਬਹੁਤ ਨਿਮਰਤਾ ਦੇ ਨਾਲ ਇਹਦਾ ਜਵਾਬ ਦਊਂਗਾ। ਨਜੀਬ ਜੰਗ ਜਿਹੜਾ ਗਵਰਨਰ ਹੈਗਾ ਹੈ ਦਿੱਲੀ ਦਾ, ਅਸੀਂ ਨਹੀਂ ਉਹਦੇ ਨਾਲ ਲੜਦੇ। ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਜਿਵੇਂ ਉਹਨਾਂ ਦਾ ਮਿਸਯੂਜ਼ ਉੱਥੇ ਕਰ ਰਿਹਾ, ਉਹ ਸਾਰੀ ਦੁਨੀਆ ਜਾਣਦੀ ਹੈ। ਪਹਿਲੀ ਵਾਰੀ ਹੋਇਆ ਅਸੀਂ ਉੱਥੇ ACB ਬਣਾਈ ਕਰਪਸ਼ਨ ਨੂੰ ਖਤਮ ਕਰਨ ਵਾਸਤੇ, ਉਹ ਵੀ ਕਿਵੇਂ ਇੰਟਰਫੇਰੈਂਸ ਹੋਈ ਕਿਉਂਕਿ ਗਵਰਨਰ ਉਹਨਾਂ ਦੇ ਕੰਟਰੋਲ ਥੱਲੇ। ਦਿੱਲੀ ਦੇ ਵਿੱਚ ਅਸੀਂ ਜੋ ਮੈਨੀਫੈਸਟੋ ਦੇ ਵਿੱਚ ਪ੍ਰੋਮਿਸ ਕੀਤੇ ਸੀ, ਆਪਾਂ ਮੁੱਦਿਆਂ ਦੀ ਗੱਲ ਕਰਦੇ ਹਾਂ, ਮੈਂ ਪ੍ਰਾਸ਼ਦ ਸਾਹਿਬ ਬਹੁਤ ਸੀਨੀਅਰ ਜਰਨਲਿਸਟ ਨੇ, ਇਹਨਾਂ ਦੀ ਮੈਂ ਬਹੁਤ ਇੱਜ਼ਤ ਕਰਦਾ। ਮੁੱਦੇ ਅਸੀਂ ਉੱਥੇ ਵਾਅਦਾ ਕੀਤਾ ਸੀਗਾ ਕਿ ਅਸੀਂ ਉੱਥੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜੀ। ਪਹਿਲੀ ਵਾਰੀ ਹੋਇਆ 20,000 ਰੁਪਏ ਪ੍ਰਤੀ ਏਕੜ, 10 ਲੱਖ ਰੁਪਈਏ ਹਰ ਸਟੂਡੈਂਟ ਨੂੰ ਉੱਥੇ ਲੋਨ ਮਿਲ ਰਿਹਾ। ਮੁਹੱਲਾ ਕਲੀਨਿਕਸ ਬਹੁਤ ਘੱਟ ਰੇਟਸ ਉੱਥੇ ਚੱਲ ਰਿਹਾ। ਉੱਥੇ ਇੱਕ ਬ੍ਰਿਜ ਬਣਨਾ ਸੀਗਾ 250 ਕਰੋੜ ਰੁਪਏ ਦਾ ਉਹਦਾ ਐਸਟੀਮੇਟ ਸੀਗਾ। ਈਵਨ ਵੈਂਕਈਆ ਨਾਇਡੂ ਜਿਹੜੇ BJP ਦੇ ਮਿਨਿਸਟਰ ਆ ਜੀ, ਉਹਨਾਂ ਨੇ ਵੀ ਆ ਕੇ ਮੰਚ ਦੇ ਉੱਪਰ ਆ ਕੇ ਇਸ ਦੀ ਤਾਰੀਫ ਕੀਤੀ। 100 ਕਰੋੜ ਰੁਪਇਆ ਬਚਾਇਆ ਗਿਆ, ਉਹ ਉੱਥੇ ਬ੍ਰਿਜ ਬਣਾਇਆ ਗਿਆ। ਦਿੱਲੀ ਦੇ ਵਿੱਚ ਤੁਸੀਂ ਦੇਖੋ 1984 ਜਿਹੜਾ ਕਤਲੇਆਮ ਹੋਇਆ, ਜਿਹੜਾ ਨਰਸੰਹਾਰ ਹੋਇਆ,
ਗੱਲਾਂ ਦੇਖੋ ਚਲੋ ਆਪਾਂ ਦਿੱਲੀ ਦੇ ਦਿੱਲੀ ਦੇ ਮੁੱਦੇ ਤੇ ਆਪਾਂ ਹੱਸੋ ਨਾ ਗਰੇਵਾਲ ਸਾਹਿਬ ਦੇਖੋ ਜੀ ਠੀਕ ਹੈ ਹੱਸਣਾ ਨਹੀਂ ਓਕੇ ਓਕੇ ਉਹ ਜਿਹੜਾ ਨਰਸਿੰਗਾਰ ਹੋਇਆ ਤੁਸੀਂ ਆਪਣੀ ਗੱਲ 20 ਸੈਕਿੰਡ ਦੇ ਦਿਓ ਆਪਣੀ ਗੱਲ ਕਰੋ ਉਹ ਜਿਹੜਾ ਨਰਸਿੰਗਾਰ ਉੱਥੇ ਹੋਇਆ ਜਿਹੜਾ ਉੱਥੇ ਕਤਲੇਆਮ ਹੋਇਆ ਗੱਲਾਂ ਕਰਦੇ ਰਹੇ ਦੇਖੋ ਅਸੀਂ ਵੈਸੇ ਤਾਂ ਕੋਈ ਕੰਪਨਸੇਸ਼ਨ ਨਹੀਂ ਹੋ ਸਕਦੀ 5-5 ਲੱਖ ਰੁਪਇਆ ਹਰ ਪਰਿਵਾਰ ਨੂੰ ਅਰਵਿੰਦ ਕੇਜਰੀਵਾਲ ਜੀ ਨੇ ਦਿੱਤਾ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਨੇ ਗੱਲ ਦੱਸੀ ਸੀ ਜੇ 1984 'ਚ ਜਿਹੜਾ ਉੱਥੇ ਕਤਲੇਆਮ ਹੋਇਆ ਸੀ ਜੇ ਉੱਥੇ ਟਾਈਮਲੀ ਸਜ਼ਾਵਾਂ ਦਿੱਤੀਆਂ ਜਾਂਦੀਆਂ ਤਾਂ ਜੋ 2002 ਗੁਜਰਾਤ 'ਚ ਹੋਇਆ ਉਹ ਕਦੀ ਨਾ ਹੁੰਦਾ ਓਕੇ ਸੋ ਇਹ ਜਿਹੜੀਆਂ ਗੱਲਾਂ ਨੇ ਜੀ ਇਹ ਲੋਕ ਦੇਖ ਰਹੇ ਆ ਅਸੀਂ ਕੀ ਕਹਿੰਦੇ ਆ ਬਿਲਕੁਲ ਕੌਨਸਟੀਟਿਊਸ਼ਨਲ ਤਰੀਕੇ ਦੇ ਨਾਲ ਰਾਤ ਦਿਨ ਮਿਹਨਤ ਕਰਕੇ ਅਸੀਂ ਇੱਕ ਨਵਾਂ ਪੰਜਾਬ ਬਣਾਉਣਾ ਹੈ ਨਵਾਂ ਭਾਰਤ ਬਣਾਉਣਾ ਓਕੇ ਸਿਰ ਜੀ ਬਿਲਕੁਲ ਸਹੀ ਹੈ ਤੁਹਾਡਾ ਵਿਊ ਪੁਆਇੰਟ ਆ ਗਿਆ ਗਰੇਵਾਲ ਸਾਹਿਬ ਇਸ ਮੁੱਦੇ ਤੇ ਮੈਂ ਇਹਦੇ ਤੇ ਇੱਕ ਚੀਜ਼ ਕਹਿਣੀ ਚਾਹੁੰਦਾ ਪਹਿਲਾਂ ਸੰਖੇਪ 'ਚ ਦੇਖੋ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਅੱਜ ਰੋਡਸ ਬਣ ਰਹੀਆਂ ਨੇ ਇਹ ਸੈਂਟਰ ਤੋਂ ਪੈਸਾ ਆ ਰਿਹਾ ਉਸ ਦੀਆਂ ਬਣ ਰਹੀਆਂ ਮਗਰ ਸਟੇਟ ਗਵਰਨਮੈਂਟ ਨੇ ਇੰਪਲੀਮੈਂਟ ਕਰਨੀਆਂ ਹੁੰਦੀਆਂ ਪੋਲਿਸੀਜ਼ ਸੈਂਟਰ ਦੀ ਠੀਕ ਹੈ ਅਤੇ ਇਸੇ ਤਰ੍ਹਾਂ ਦਿੱਲੀ ਦੇ ਅੰਦਰ ਹੋਮ ਮਿਨਿਸਟਰੀ ਤੋਂ ਮਿਲ ਮਿਲ ਕੇ ਉਹ ਇੱਕ ਸਾਲ ਪਹਿਲਾਂ ਦਾ ਹੀ 5-5 ਲੱਖ ਰੁਪਇਆ ਉਹਨਾਂ ਪਰਿਵਾਰਾਂ ਨੂੰ ਦੇਣ ਵਾਸਤੇ ਸੈਂਕਸ਼ਨ ਹੋਇਆ ਸੀ ਦਿੱਲੀ 'ਚ ਸਰਕਾਰ ਕੇਜਰੀਵਾਲ ਜੀ ਦੀ ਆ ਗਈ ਤਾਂ ਉਹਨਾਂ ਨੇ ਆ ਕੇ ਉਹ 5-5 ਲੱਖ ਰੁਪਇਆ ਅੱਗੇ ਗਿਆ ਹੈਗਾ ਜੀ ਜੀ ਅਤੇ ਇਸ ਕਰਕੇ ਇਹ ਕਹਿਣਾ ਕਿ ਵੀ ਇਹ ਅਸੀਂ ਦਿੱਤਾ ਅਤੇ ਇਹਦੇ 'ਚ ਚਲੋ ਓਕੇ ਗਰੇਵਾਲ ਜੀ ਕਲੈਰੀਫਿਕੇਸ਼ਨ ਆ ਗਈ ਇਸ ਮੁੱਦੇ ਉੱਤੇ ਮੈਂ ਜਿਹੜੀ ਗੱਲ ਦੇ ਉੱਤੇ ਗਰੇਵਾਲ ਜੀ ਆਉਣਾ ਚਾਹੁੰਦਾ ਉਹ ਹੈਗਾ ਕਿ ਅਕਾਲੀ ਦਲ ਬੀਜੇਪੀ ਨੇ ਕੱਲ੍ਹ ਜਿਹੜੀ ਹੈਗੀ ਮੀਟਿੰਗ ਕੀਤੀ ਦਿੱਲੀ ਦੇ ਵਿੱਚ ਦੋਨਾਂ ਨੇ ਕਿਹਾ ਕਿ ਵੀ ਅਸੀਂ ਰਲ ਕੇ ਚੱਲਾਂਗੇ ਤੁਹਾਨੂੰ ਲੱਗਦਾ ਕਿ ਦੋਨਾਂ ਪਾਰਟੀਆਂ ਦੇ ਇਕੱਠੇ ਹੋਣ ਦੇ ਨਾਲ ਪਿਛਲੇ ਕੁਝ ਦਿਨਾਂ ਇੱਕ ਬਿਟਨੈਸ ਵੀ ਸਾਹਮਣੇ ਆਉਂਦੀ ਰਹੀ ਹੈ ਹੁਣ ਜੇ ਰਲ ਕੇ ਚੱਲਣਗੇ ਕੋਈ ਲੱਗਦਾ ਕਿ ਬੈਟਰ ਰਿਜ਼ਲਟ ਆਉਣ ਦੀ ਉਮੀਦ ਲੱਗਦੀ ਹੈ ਬਿਲਕੁਲ ਬੈਟਰ ਰਿਜ਼ਲਟ ਆਉਣਗੇ ਔਰ ਅਸੀਂ ਬਿਲਕੁਲ ਇਕਜੁੱਟ ਹਾਂ ਔਰ ਆਪਣੇ ਆਪਣਾ ਜੋ ਯੋਗਦਾਨ ਅਸੀਂ ਪਾਉਣਾ ਪਾਰਟੀਆਂ ਨੇ ਪੂਰੀ ਤਰ੍ਹਾਂ ਇੱਕ ਪਾਰਟੀ ਦੀ ਤਰ੍ਹਾਂ ਪਾਵਾਂਗੇ ਔਰ ਅਸੀਂ ਪੰਜਾਬ ਦੇ ਅੰਦਰ ਤੀਸਰੀ ਵਾਰ ਸਰਕਾਰ ਲੈ ਕੇ ਆਉਂਗੇ ਵਿਕਾਸ ਦੇ ਮੁੱਦੇ 'ਤੇ ਅਸੀਂ ਵੋਟਾਂ ਮੰਗਣੀਆਂ ਨੇ ਲੋਕਾਂ ਤੋਂ ਜਿਸ ਤਰ੍ਹਾਂ ਇਹ ਕਹਿੰਦੇ ਸੀ ਕਿ ਬਾਦਲ ਪਰਿਵਾਰ ਆ ਗਿਆ ਜਾਂ ਬਾਕੀ ਆ ਗਏ ਸਭ ਨੂੰ ਲੋਕ ਇਲੈਕਟ ਕਰਦੇ ਆ ਡੈਮੋਕ੍ਰੇਸੀ 'ਚ ਅਗਰ ਅਮਰਿੰਦਰ ਸਿੰਘ ਆਉਂਦੇ ਆ ਉਹਨਾਂ ਨੂੰ ਵੀ ਲੋਕਾਂ ਨੇ ਕਰਨਾ ਇਹ ਆਉਣਗੇ ਤਾਂ ਇਹਨਾਂ ਨੂੰ ਵੀ ਲੋਕਾਂ ਨੇ ਕਰਨਾ ਅਸੀਂ ਰਿਸਪੈਕਟ ਕਰਦੇ ਹਾਂ ਡੈਮੋਕ੍ਰੇਸੀ ਦੀ ਅਸੀਂ ਰਿਸਪੈਕਟ ਕਰਦੇ ਹਾਂ ਵੋਟਰਸ ਦੀ ਅਗਰ ਉਹ ਜਿਹਨੂੰ ਵੀ ਇਲੈਕਟ ਕਰਨਗੇ ਅਸੀਂ ਆਪਣੀ ਗੱਲ ਰੱਖਾਂਗੇ ਬਿਲਕੁਲ ਬਿਲਕੁਲ ਤੁਸੀਂ ਕਿਹਾ ਜਿੱਦਾਂ ਰਲ ਕੇ ਜਿਹੜਾ ਹੈਗਾ ਲੜ ਰਹੇ ਹਨ ਇਹ ਵੀ ਹੈ ਕਿ ਪਿਛਲੇ ਦਿਨਾਂ 'ਚ ਕਿਤੇ ਨਾ ਕਿਤੇ ਦੋਨਾਂ ਪਾਰਟੀਆਂ 'ਚ ਬਿਟਰਨੈਸ ਵੀ ਉੱਭਰ ਕੇ ਸਾਹਮਣੇ ਆਈ ਜਿਵੇਂ ਖਡੂਰ ਸਾਹਿਬ ਦੀ ਇਲੈਕਸ਼ਨ ਸਾਡਾ ਅੱਜ ਦਾ ਮੁੱਦਾ ਨਹੀਂ ਹੈ ਪਰ ਉੱਥੇ ਵੀ ਬੀਜੇਪੀ ਦੇ ਕੁਝ ਲੋਕਾਂ ਨੇ ਕਿਹਾ ਕਿ ਅਸੀਂ ਜਿਹੜਾ ਹੈਗਾ ਅਫੀਸ਼ੀਅਲ ਕੈਂਡੀਡੇਟ ਦੀ ਮਦਦ ਨਹੀਂ ਕਰਾਂਗੇ ਹੋਰਾਂ ਮੁੱਦਿਆਂ 'ਤੇ ਵੀ ਨਵਜੋਤ ਸਿੱਧੂ ਜਿਹੜਾ ਹੈਗਾ ਉਹਦੀ ਬੀਵੀ ਨੇ ਲਗਾਤਾਰ ਬਿਆਨਬਾਜ਼ੀ ਕੀਤੀ ਇਹਨਾਂ ਮੁੱਦਿਆਂ 'ਤੇ ਕਿ ਅਸੀਂ ਅਕਾਲੀ ਦਲ ਦੇ ਨਾਲ ਨਹੀਂ ਚੱਲ ਸਕਦੇ ਇਹ ਕੋਈ ਬਿਟਰਨੈਸ ਨਹੀਂ ਹੈਗੀਆਂ ਦੋਨਾਂ ਧਿਰਾਂ ਦੇ ਅੰਦਰ ਇਸ ਤਰ੍ਹਾਂ ਪਹਿਲੀ ਗੱਲ ਤਾਂ ਬੀਜੇਪੀ ਨੂੰ ਜਿਹੜਾ ਜਾਣਦੇ ਆ ਨਾ ਕਿ ਬੀਜੇਪੀ ਕਿਸ ਤਰ੍ਹਾਂ ਦੀ ਪਾਰਟੀ ਆ ਸਾਨੂੰ ਕੋਈ ਇੱਕ ਵਿਅਕਤੀ ਟਰਮਸ ਡਿਕਟੇਟ ਨਹੀਂ ਕਰ ਸਕਦਾ ਚਾਹੇ ਉਹ ਕਿੰਨਾ ਵੀ ਬੜਾ ਕਿਉਂ ਨਾ ਹੋਵੇ ਜੀ ਜੀ ਅਸੀਂ ਵਿਅਕਤੀਵਾਦੀ ਰਾਜਨੀਤੀ ਨਹੀਂ ਕਰਦੇ ਅਸੀਂ ਇੱਕ ਵਿਚਾਰ ਨੂੰ ਲੈ ਕੇ ਚੱਲਦੇ ਹਾਂ ਇਸ ਕਰਕੇ ਸਾਡੇ ਲਈ ਕਿਸੇ ਦੀ ਇੰਪੋਰਟੈਂਸ ਨਹੀਂ ਤੁਹਾਨੂੰ ਸ਼ਾਇਦ ਯਾਦ ਨਹੀਂ ਹੋਣਾ ਕਿ ਸਾਡੇ 6 ਹੀ MLA ਸੀ ਇੱਕ ਵਾਰ ਰਾਜਸਥਾਨ ਦੇ ਅੰਦਰ ਮਾਨਯੋਗ ਅਡਵਾਨੀ ਜੀ ਸਾਡੇ ਲੀਡਰ ਸੀ ਅਸੀਂ ਉਹ 6 ਦੇ 6 ਪਾਰਟੀ 'ਚੋਂ ਕੱਢਤੇ ਸੀ ਅਸੀਂ ਅਨੁਸ਼ਾਸਨਹੀਨਤਾ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਕੁਝ ਸਮੇਂ ਲਈ ਹੋ ਰਹੀ ਹੈ ਅਸੀਂ ਤੁਹਾਡਾ ਮਤਲਬ ਨਵਜੋਤ ਸਿੱਧੂ ਤੇ ਵੀ ਆ ਸਕਦੀ ਹੈ ਬਿਲਕੁਲ ਕਾਰਵਾਈ ਕਰਾਂਗੇ ਉਹਨਾਂ ਦੀ ਇੰਪੋਰਟੈਂਸ ਕੋਈ ਨਹੀਂ ਰਹੇਗੀ ਪਾਰਟੀ 'ਚ ਮੈਂ ਜ਼ਿੰਮੇਵਾਰੀ ਨਾਲ ਕਹਿਣਾ ਓਕੇ ਔਰ ਕੋਈ ਅਨੁਸ਼ਾਸਨਹੀਨਤਾ ਕਰੇਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੀ ਗਰੇਵਾਲ ਜੀ ਤੁਸੀਂ ਇੱਕ ਚੈਨਲ ਦੇ ਉੱਤੇ ਬੜੀ ਵੱਡੀ ਜ਼ਿੰਮੇਵਾਰੀ ਨਾਲ ਗੱਲ ਕਰ ਰਹੇ ਹੋ ਨਵਜੋਤ ਸਿੱਧੂ ਜਿਹੜਾ ਪਾਰਟੀ ਦਾ ਇੱਕ ਬੜਾ ਫੋਕਸ ਬਿਲਕੁਲ ਉਹਦੀ ਬੀਵੀ ਜਿਹੜੀ ਹੈਗੀ ਹੈ MLA ਰਹੀ ਹੈ ਤੁਹਾਨੂੰ ਲੱਗਦਾ ਕਿ ਉਹਦੇ ਤੇ ਐਕਸ਼ਨ ਹੋ ਸਕਦਾ ਹੈ ਨਹੀਂ ਬੁਰਾ ਲੱਗਦਾ ਸਾਡਾ ਤਾਂ ਗਠਜੰਬਨ ਚੱਲ ਪਿਆ ਨਵਜੋਤ ਸਿੱਧੂ ਆਪ ਤਾਂ ਗਰੀਬ ਬੋਲ ਹੀ ਨਹੀਂ ਰਿਹਾ ਉਹ ਤਾਂ ਉਹਦੀ ਵਾਈਫ ਜਿਹੜੀ ਬੁਲਾ ਰਿਹਾ ਨਾ ਇਹ ਤੇ ਮੈਂ ਹੀ ਗੱਲ ਕਰਨਾ ਚਾਹੁੰਦਾ ਗੱਲ ਇਹ ਹੈ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਅਕਾਲੀ ਦਲ ਅਤੇ ਬੀਜੇਪੀ ਦੇ ਜਿਹੜੇ ਰਿਸ਼ਤੇ ਹੈ ਕਦੀ ਗਰਮ ਅਤੇ ਕਦੀ ਨਰਮ ਰਹੇ ਜੀ ਇਹਨਾਂ ਦੀ ਰਾਤ ਦੀ ਮੀਟਿੰਗ ਦਾ ਏਜੰਡਾ ਵੀ ਨਾਲ ਹੈ ਔਰ ਇਹ ਹੁਣ ਜਿਹੜੇ ਮੈਂ ਸਮਝਦਾ ਕਿ ਇਹਨਾਂ ਦੇ ਆਪਸ ਦੇ ਵਿੱਚ ਜਿਹੜੀ ਖਿੱਚਤਾਨ ਹੈ ਉਹ ਤੋਂ ਇਲਾਵਾ ਅਕਾਲੀ ਦਲ ਅਤੇ ਬੀਜੇਪੀ ਦੋਨਾਂ ਦੇ ਅੰਦਰ ਜਿਹੜੀ ਅੰਦਰਲੀ ਗੁੱਟਬਾਜ਼ੀ ਹੈ ਨਾ ਹੁਣ ਅਕਾਲੀ ਦਲ ਦੇ ਵਿੱਚ ਜਿਹੜੇ ਤਾਂ ਗਰਮ ਦਲੀ ਹੈ ਉਹ ਤਾਂ ਕਹਿੰਦੇ ਛੱਡੋ ਜੀ ਕੱਢੋ ਜੀ ਇਹਨਾਂ ਨੂੰ ਅਸੀਂ ਆਪਣੇ ਆਪ ਲੜਾਂਗੇ ਸਿਮਿਲਰਲੀ ਮੇਰੀ ਬੇਨਤੀ ਸੁਣੋ ਨਾ ਜੀ ਸਿਮਿਲਰਲੀ ਹੁਣ ਬੀਜੇਪੀ ਦੇ ਵਿੱਚ 2 ਗੁੱਟ ਹੈਗੇ ਆਪਾਂ ਸਾਰੇ ਜਾਣਦੇ ਹਾਂ ਉਹ ਜਿਹੜਾ ਗੁੱਟ ਕਾਬਲ ਹੈ ਉਹ ਤਾਂ ਕਹਿੰਦਾ ਜੀ ਇਹਨਾਂ ਨਾਲ ਇਕੱਲਿਆਂ ਨਾਲ ਮਿਲ ਕੇ ਚੱਲੋ ਜਿਹੜਾ ਜਿਹੜਾ ਕਹਿੰਦਾ ਜੀ ਸਾਡੇ ਇੱਥੇ ਕੁਛ ਨਹੀਂ ਉਹ ਕਹਿੰਦੇ ਨੇ ਜੇ ਲੱਗ ਚੱਲਾਂਗੇ ਹੁਣ ਜੋ ਖਬਰਾਂ ਦਿੱਲੀ ਤੋਂ ਆਈਆਂ ਉਹ ਮੇਰੇ ਹਿੱਸੇ ਕੁਛ ਨਹੀਂ ਪਾਰਟੀ ਦੇ ਰਾਸ਼ਟਰੀ ਨਾਲ ਮਿਲ ਕੇ ਚੱਲਣਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਜਿਹੜੇ ਦਿੱਲੀ ਇੱਥੇ ਮੀਟਿੰਗ ਕੀਤੀ ਹੈ ਉਹਦੇ 'ਚ ਉਹਨਾਂ ਨੂੰ ਬੁਲਾ ਕੇ ਕਿਹਾ ਗੁੱਟ ਵਾਲਿਆਂ ਨੂੰ ਕਿ ਦੱਸੋ ਵੀ ਤੁਸੀਂ ਕਹਿੰਦੇ ਹੋ ਆਪਾਂ ਅਲੱਗ ਲੜਾਂਗੇ ਕੁਐਸਚਨ ਸਪੈਸ਼ਲ ਕੁਐਸਚਨ ਇਸ ਮੁੱਦੇ ਤੇ ਕੁਐਸਚਨ ਕਿ ਦੱਸੋ ਕਿੰਨੀਆਂ ਸੀਟਾਂ ਲੜਦੇ ਆ ਉਹ 40-50-55 ਤੋਂ ਉੱਤੇ ਨਹੀਂ ਚੜ ਸਕੇ ਉਹ ਕਹਿੰਦੇ ਵੀ 117 ਸੀਟਾਂ ਹੈ ਤਾਂ ਬਾਕੀ 50 ਸੀਟਾਂ ਦੇ ਆਪਣੇ ਤੁਸੀਂ ਗੱਲ ਕਰਦੇ ਹੋ ਤਾਂ ਬਾਕੀ ਸੀਟਾਂ ਕੌਣ ਲੜੇਗਾ ਓਕੇ ਓਕੇ ਦੋਨੋਂ ਪਾਰਟੀਆਂ ਨੂੰ ਇਕੱਠੇ ਹੋ ਕੇ ਹੀ ਲੜਨਾ ਪਏਗਾ ਕੋਈ ਸੀਟਾਂ ਦਾ ਝਗੜਾ ਨਹੀਂ ਕੋਈ ਸੀਟਾਂ ਬਦਲਣ ਜੀ ਜੀ ਉਹ ਮੈਂ ਤੁਹਾਨੂੰ ਗਰੇਵਾਲ ਜੀ ਪ੍ਰਸ਼ਨ ਤੁਹਾਡਾ
ਪੰਜਾਬ ਚੂਜਿਆਂ ਤੋਂ ਅੱਗੇ ਸੀ ਕਿਉਂਕਿ ਇਹਨਾਂ ਦੇ ਪਿੰਡਾਂ ਵਿੱਚ ਆਧਾਰ ਹੀ ਕੋਈ ਨਹੀਂ ਹੈ ਸੋ ਇਸ ਕਰਕੇ ਅਲੱਗ ਅਲੱਗ ਹੋਣ ਦੀ ਗੱਲ ਕੋਈ ਨਹੀਂ ਜੀ ਜੀ ਅਜੇ ਜਸਟ ਪੋਸਟਰਿੰਗ ਹੈਗੀ ਹੈ ਕਿ ਉੱਥੇ ਦਬਾਅ ਪਾਓ ਉੱਥੇ ਦਬਾਅ ਪਾਓ ਓਕੇ ਪ੍ਰਾਸੀ ਤੁਹਾਡਾ ਵਿਊ ਪੁਆਇੰਟ ਆ ਗਿਆ ਅਸੀਂ ਸ਼ੇਰਗਿੱਲ ਤੋਂ ਜਾਣਨਾ ਚਾਹੁੰਦੇ ਸ਼ੇਰਗਿੱਲ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਕਾਲੀ ਦਲ ਬੀਜੇਪੀ ਨੇ ਜਿਹੜਾ ਗਠਬੰਧਨ ਕੀਤਾ ਉਹਦੇ 'ਤੇ ਕਹਿਣਾ ਅਸੀਂ ਤਕੜੇ ਹੋ ਕੇ ਲੜਾਂਗੇ ਔਰ ਤੀਜੀ ਵਾਰੀ ਅਸੀਂ ਵਾਪਸ ਆ ਰਹੇ ਹਾਂ ਤੁਸੀਂ ਪਹਿਲਾਂ ਤਾਂ ਮੈਂ ਗੱਲ ਕਲੈਰੀਫਾਈ ਕਰਨਾ ਚਾਹੁੰਦਾ ਤੁਸੀਂ ਹੁਣੇ ਸ਼ਾਇਦ ਕਿਹਾ ਸੀਗਾ ਕਿ ਜਿਹੜੀ ਉਹਨਾਂ ਦੀ ਬੀਵੀ MLA ਰਹੀ ਆ ਉਹ ਇਸ ਵੇਲੇ ਵੀ ਸਿਟਿੰਗ MLA ਹੈ ਜੀ ਜੀ ਬਿਲਕੁਲ ਬਿਲਕੁਲ ਸ਼ੀ ਇਜ਼ ਸਿਟਿੰਗ MLA ਬਿਲਕੁਲ ਐਂਡ ਸ਼ੀ ਇਜ਼ ਆਲਸੋ ਚੀਫ ਪਾਰਲੀਮੈਂਟਰੀ ਸੈਕਟਰੀ ਜੀ ਗਵਰਨਮੈਂਟ ਆਫ ਪੰਜਾਬ ਉਹਨਾਂ ਕੋਲ ਇੱਕ ਡਿਪਾਰਟਮੈਂਟ ਹੈਗਾ ਹੈਲਥ ਡਿਪਾਰਟਮੈਂਟ ਹੈਗਾ ਜੀ ਜੀ ਬਿਲਕੁਲ ਤੇ ਉਹ ਇੱਕ ਬਹੁਤ ਜ਼ਿੰਮੇਵਾਰ ਨਾਗਰਿਕ ਨੇ ਬਹੁਤ ਚੰਗੀ ਛਵੀ ਉਹਨਾਂ ਦੀ ਤੇ ਉਹ ਅਨੁਸ਼ਾਸਨਹੀਨਤਾ ਨਹੀਂ ਕਰ ਰਹੇ ਉਹ ਸੱਚ ਬੋਲ ਰਹੇ ਨੇ ਉਹ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕਰਪਸ਼ਨ ਆ ਜਿਹੜਾ ਉਹਨੂੰ ਐਕਸਪੋਜ਼ ਕਰ ਰਹੇ ਨੇ ਰਾਤ ਦਿਨ ਉਹਨਾਂ ਨੇ ਕੀਤਾ ਹੈ ਪਹਿਲੇ ਦਿਨ ਤੋਂ ਕੀਤਾ ਹੈ ਉਹ ਇਹਨਾਂ ਨੂੰ ਅਨੁਸ਼ਾਸਨਹੀਨਤਾ ਲੱਗ ਰਹੀ ਆ ਸੋ ਗੱਲ ਇਹ ਆ ਕਿ ਪਰ ਇਹਨਾਂ ਨੇ ਕਿਹਾ ਕਿ ਇਸ ਗੱਲ ਦੇ ਤਾਂ ਸਬਕ ਵੀ ਸਿਖਾਇਆ ਜਾ ਸਕਦਾ ਉਹ ਸੱਚ ਬੋਲ ਰਹੇ ਨਾ ਸੱਚ ਨੂੰ ਫਾਂਸੀ ਹੋਊਗੀ ਹੋਰ ਕੀ ਇਹੀ ਗੱਲ ਇਹ ਕਰ ਰਹੇ ਆ ਜੋ ਇਹਨਾਂ ਨੇ ਕੀਤਾ ਇੱਕ ਹੋਰ ਜਿਹੜੀ ਇਹਨਾਂ ਨੇ ਗੱਲ ਹੁਣੇ ਕਹੀ ਇਹਨਾਂ ਨੇ ਇੱਕ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਹੁਣ ਪੰਜਾਬ ਦੇ ਲੋਕਾਂ ਨੇ ਅਸੀਂ ਲੋਕਾਂ 'ਚ ਵਿਚਰਦੇ ਆ ਜੋ ਫੀਡਬੈਕ ਆ ਉਹਨਾਂ ਨੇ ਇਹ ਕਿਹਾ ਕਿ ਨੌ ਸਾਲ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਾਂਝੀ ਸਰਕਾਰ ਚੱਲੀ ਹੈ ਇਹਨਾਂ ਦੀ ਗੱਠਜੋੜ ਦੀ ਸਰਕਾਰ ਆ ਅਤੇ ਇਹਨਾਂ ਤੋਂ ਹਿਸਾਬ ਵੀ ਇਕੱਠੇ ਲਿਆ ਜਾਊਗਾ ਪੰਜਾਬ ਦੇ ਰਾਸ਼ਟਰੀ ਮੁੱਦਿਆਂ 'ਤੇ ਜਿਹੜੀ ਚਰਚਾ ਕੀਤੀ ਇਹਦੇ ਬਾਰੇ ਕੋਈ ਦੋ ਰਾਇ ਨਹੀਂ ਜਿੱਦਾਂ ਪ੍ਰਾਸ਼ਰ ਜੀ ਵੀ ਕਹਿ ਰਿਹਾ ਕਿ 2017 ਦੀਆਂ ਚੋਣਾਂ ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ 'ਚ ਸਰਗਰਮੀਆਂ ਜਿਹੜੀਆਂ ਹੈਗੀਆਂ ਹੋਰ ਤੇਜ਼ ਹੋਣੀਆਂ ਅਤੇ ਸਾਰੀਆਂ ਹੀ ਰਾਜਨੀਤਿਕ ਧਿਰਾਂ ਵੱਲੋਂ ਇਹ ਯਤਨ ਵੀ ਤੇਜ਼ ਹੋਣਗੇ ਕਿ ਇੱਕ ਦੂਜੇ ਦੇ ਆਗੂਆਂ ਨੂੰ ਕਿਵੇਂ ਖਿੱਚ ਕੇ ਆਪਣੇ ਨਾਲ ਲਿਆਂਦਾ ਜਾ ਸਕਦਾ ਇਹਨਾਂ ਸਾਰੇ ਮੁੱਦਿਆਂ 'ਤੇ ਚਰਚਾ 'ਚ ਸ਼ਾਮਿਲ ਹੋਣ ਦੇ ਲਈ ਮੈਂ ਗਰੇਵਾਲ ਜੀ ਸ਼ੇਰਗਿੱਲ ਸਾਹਿਬ ਪ੍ਰਾਸ਼ਰ ਜੀ ਤਿੰਨਾਂ ਦੇ ਹੀ ਧੰਨਵਾਦੀ ਹੈ ਔਰ ਸਾਡੀ ਇਸ ਦੋ ਪੜਾਵੀ ਡਿਬੇਟ ਬਾਰੇ ਕੋਈ ਵੀ ਰਾਏ ਦੇਣੀ ਹੋਵੇ ਪਤਾ ਹੈ ਜਗਤਾਰ ਸਿੱਧੂ @ globalpunjabtv.com